आज गली नंबर 29 की परमजीत कौर बुल्लर और उनके साथ मोहल्ला निवासियों ने मोदी सरकार का पुतला जलाया। सभी ने मिलकर किसानों के हक में पूरा जोरदार रोष प्रदर्शन किया और सरकार से मांग की कि जो किसान विरोधी बिल सरकार ने पास किया है उसको रद्द किया जाए। अगर सरकार ने ये बिल रद्द नहीं किया तो सभी मोहल्ला निवासी दिल्ली जाकर अपना भरपूर रोष प्रदर्शन करेंगे। नारे नूरे ला दे। नारे नूरे बोलो नहीं। हार बाद वे भाई भरा बन के यार हाथ के नहीं हाथ के नहीं गुस्से मारे ਸਿੱਖ ਜਿੱਤ ਕਰਕੇ ਸਿੱਧਾਂਗੇ ਹਟਦੇ ਹੁਣ ਕਿੰਨਾ ਚਿਰ ਤੁਸੀਂ ਸੋਚਦੇ ਹੋ ਜਿੰਨਾ ਚਿਰ ਸਾਲ ਲੱਗ ਜਾਏ ਜੀ ਦੋ ਸਾਲ ਲੱਗ ਜਾਣ ਅਸੀਂ ਪਿੱਛੇ ਨਹੀਂ ਹਟਣ।
ਹੁਣ ਮੋਦੀ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੋਦੀ ਮੋਦੀ ਨੂੰ ਕਹਿਣਾ ਚਾਹੁੰਦੇ ਵੀ ਜਾਂ ਤਾਂ ਬੰਦਾ ਬਣ ਕੇ ਸਾਡੇ ਹੱਕ ਸਾਨੂੰ ਵਾਪਸ ਦੇ ਦੇ ਨਹੀਂ ਫਿਰ ਤੂੰ ਆਪਦਾ ਸੋਚ ਲਓ ਵੀ ਤੇਰੇ ਨਾਲ ਕੀ ਬਣ ਗੋਲੀ ਚਲਾਵੇ ਜੋ ਮਰਜ਼ੀ ਕਰੇ ਅਸੀਂ ਸਾਰੇ ਮਰਨ ਨੂੰ ਤਿਆਰ ਵਿੱਚ ਮੋਦੀ ਦਾ ਪੁਤਲਾ ਫੂਕਿਆ ਗਿਆ ਅੱਜ ਸਾਰੇ ਗਲੀ ਮਹੱਲੇ ਵਾਲੇ ਸੀ ਪਰਸਾ ਨਗਰ ਗਲੀ ਨੰਬਰ 29 ਚੋਂ ਹਾਂਜੀ ਜੇ ਅੱਜ ਕੋਈ ਫੈਸਲਾ ਨਿਬੜ ਗਿਆ ਜੀ ਅੱਜ 4:30 ਵਜੇ ਮੀਟਿੰਗ ਖਤਮ ਹੋ ਜਾਊਗੀ ਉਦੋਂ ਬਾਅਦ ਫੈਸਲਾ ਲੈਣਗੇ ਕਿਸਾਨ ਜੋ ਵੀ ਜਿਵੇਂ ਵੀ ਕਹਿਣਗੇ ਜਥੇਬੰਦੀਆਂ ਉਹਨਾਂ ਨਾਲ ਜਾਵਾਂਗੇ ਜੇ ਹੁਣ ਅੱਜ ਵੀ ਨਹੀਂ ਮੰਨਦੇ ਫਿਰ ਅੱਗੇ ਤੁਹਾਡਾ ਕੀ ਕਦਮ ਹੋਊਗਾ ਫਿਰ ਉੱਥੇ ਬੈਠਾਂਗੇ ਜੀ ਸਾਰਿਆਂ ਦੇ ਨਾਲ ਜੋ ਜਥੇਬੰਦੀਆਂ ਦੇ ਜਿੰਨਾ ਚਿਰ ਸਾਨੂੰ ਬੈਠਣਾ ਪਿਆ ਸਾਲ ਦੋ ਸਾਲ ਉਹਨਾਂ ਚਿਰ ਅਸੀਂ ਬੈਠਾਂਗੇ ਜੀ